ਅੱਜ ਫਿਰ ਇਸੇ ਜਗ੍ਹਾ ਦੇ ਉੱਤੇ ਆ ਕੇ ਇਹਨਾਂ ਨੂੰ ਮੈਂ ਵੰਗਾਰਦਾ ਕਿ ਜੇ ਪਿਓ ਦੇ ਹੋ ਤੇ ਮੇਰੇ ਨਾਲ ਆ ਕੇ ਸ਼੍ਰੋਮਣੀ ਕਮੇਟੀ ਦਾ ਹਿਸਾਬ ਕਰੋ। ਤੂੰ ਉਹ ਘਟੀਆ ਬੰਦਾ ਗੋਬਿੰਦ ਸਿੰਘ ਲੌਂਗੋਵਾਲ, 12 ਕਰੋੜ ਨੂੰ 20 ਡਾਲਰਾਂ ਨਾਲ ਤਕਸੀਮ ਕਰ ਲੋ, 1 ਲੱਖ ਬੰਦਾ ਜਿਹੜਾ ਉੱਥੇ ਜਾ ਕੇ ਦਰਸ਼ਨ ਕਰ ਸਕਦਾ ਸੀਗਾ। ਇਸੇ ਜਗ੍ਹਾ ਤੇ ਖਲੋ ਕੇ ਅੱਜ ਤੋਂ 2 ਦਿਨ ਪਹਿਲਾਂ ਮੈਂ ਸ਼੍ਰੋਮਣੀ ਕਮੇਟੀ ਦੇ ਜਿਹੜੇ ਘਪਲੇ ਸੀਗੇ ਉਹ ਕੱਢੇ ਸੀ, ਜਿਹਦੇ ਇਵੇਂ ਦੇ ਵਿੱਚ ਜਿਹੜਾ ਇਹਨਾਂ ਨੂੰ ਬਰਦਾਸ਼ਤ ਨਹੀਂ ਹੋਇਆ ਤੇ ਆਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਇੱਕ ਮੈਨੂੰ ਅਖਬਾਰਾਂ ਨੂੰ ਨੋਟਿਸ ਭੇਜਿਆ ਗਿਆ ਕਿ ਮਨਦੀਪ ਸਿੰਘ ਮੰਨਾ ਦੇ ਉੱਤੇ ਮਾਨਹਾਨੀ ਦਾ ਕੇਸ ਕੀਤਾ ਜਾਊਗਾ। ਮੈਂ ਦੱਸਣਾ ਚਾਹੁੰਦਾ ਇਸੇ ਜਗ੍ਹਾ ਤੇ ਮੈਂ ਉਦੋਂ ਵੰਗਾ ਰਿਹਾ ਸੀਗਾ, ਅੱਜ ਫਿਰ ਇਸੇ ਜਗ੍ਹਾ ਦੇ ਉੱਤੇ ਆ ਕੇ ਇਹਨਾਂ ਨੂੰ ਮੈਂ ਵੰਗਾਰਦਾ ਕਿ ਜੇ ਪਿਓ ਦੇ ਹੋ ਤੇ ਮੇਰੇ ਨਾਲ ਆ ਕੇ ਸ਼੍ਰੋਮਣੀ ਕਮੇਟੀ ਦਾ ਹਿਸਾਬ ਕਰੋ ਕਿ ਸੁਣਾ ਹੈ ਸਮੁੰਦਰ ਕੋ ਬੜਾ ਗੁਮਾਨ ਆਇਆ ਹੈ, ਉਧਰ ਹੀ ਲੈ ਚਲੋ ਕਸ਼ਤੀ ਜਿੱਧਰ ਤੂਫਾਨ ਆਇਆ ਹੈ। ਮੈਂ ਪ੍ਰਧਾਨ ਨੂੰ ਦੱਸਣਾ ਚਾਹੁੰਦਾ, ਉਹਨੇ ਲਿਖਿਆ ਇਹਦੇ ਵਿੱਚ ਕਿ ਇਹਦੇ ਬੋਲਣ ਨਾਲ SCPC ਦੀ ਬਦਨਾਮੀ ਹੋਈ ਆ, ਇਹ ਫੋਕੀ ਸ਼ੋਹਰਤ ਲਈ ਇਹ ਬੋਲਿਆ ਔਰ ਉਹਦੇ ਨਾਲ ਨਾਲ ਉਹ ਮੰਨ ਵੀ ਗਿਆ ਕਿ 12 ਕਰੋੜ ਰੁਪਈਆ ਇਕੱਲਾ ਪੰਡਾਲ ਦੇ ਉੱਤੇ ਨਹੀਂ ਖਰਚ ਕੀਤਾ ਗਿਆ ਗੁਰੂ ਨਾਨਕ ਸਾਹਿਬ ਦੀ ਸ਼ਤਾਬਦੀ ਦੇ, ਹੋਰ ਵੀ ਨਾਲ ਉਹਦੇ ਪ੍ਰਬੰਧ ਕੀਤੇ ਗਏ ਆ। ਇਹਦੇ ਨਾਲ ਨਾਲ ਮੈਂ ਅੱਜ ਵੀ ਉਹ ਜਿਹੜੀਆਂ ਗੱਲਾਂ ਉਦਣ ਕੀਤੀਆਂ ਸੀ ਉਹਦੇ ਉੱਤੇ ਕਾਇਮ ਆ ਕਿ 3 ਮਹੀਨੇ ਨਗਰ ਕੀਰਤਨ ਚੱਲਿਆ ਸੀਗਾ, 3 ਮਹੀਨੇ ਲੋਕਾਂ ਨੇ 10-10 ਰੁਪਈਏ ਚੜਾਵਾ ਚੜਾ ਕੇ ਤੇ 10 ਕਰੋੜ ਰੁਪਈਆ ਜਿਹੜਾ ਦਾਨ ਕੀਤਾ ਸੀ ਔਰ ਬਾਦਲ ਨੂੰ ਖੁਸ਼ ਕਰ ਲਈ। 3 ਦਿਨਾਂ ਦੇ ਵਿੱਚ ਉਹ 10 ਕਰੋੜ ਰੁਪਈਆ ਫੂਕ ਦਿੱਤਾ ਗਿਆ। ਅਜੇ ਕਿ ਨਗਰ ਕੀਰਤਨ ਦੀ ਜਿਹੜੀ ਸਬ ਕਮੇਟੀ ਸੀ ਉਹਨੇ ਸਿਫਾਰਿਸ਼ ਕੀਤੀ ਸੀ ਕਿ ਇਹ ਜਿਹੜੇ ਪੈਸੇ ਇਕੱਠੇ ਹੋਏ ਆ ਇਸ 10-12 ਕਰੋੜ ਦਾ ਇੱਕ ਹਸਪਤਾਲ ਖੁੱਲ ਸਕਦਾ ਔਰ ਇਸ 10-12 ਕਰੋੜ ਦਾ ਇੱਕ ਸਕੂਲ ਖੁੱਲ ਸਕਦਾ। ਮੈਂ ਕਹਿੰਦਾ ਤੁਸੀਂ ਸਕੂਲ ਨਹੀਂ ਵੀ ਖੋਲਣਾ ਸੀ ਨਾ ਖੋਲਦੇ, ਤੁਸੀਂ ਹਸਪਤਾਲ ਨਹੀਂ ਵੀ ਖੋਲਣਾ ਸੀ ਨਾ ਖੋਲਦੇ। 12 ਕਰੋੜ ਗਰੀਬ ਸ਼ਰਧਾਲੂ, 12 ਕਰੋੜ ਨੂੰ 20 ਡਾਲਰਾਂ ਨਾਲ ਤਕਸੀਮ ਕਰ ਲੋ, 1 ਲੱਖ ਬੰਦਾ ਜਿਹੜਾ ਉੱਥੇ ਜਾ ਕੇ ਦਰਸ਼ਨ ਕਰ ਸਕਦਾ ਸੀਗਾ, ਜਿਹਦਾ ਤੁਸੀਂ 1 ਦਿਨ ਸਟੇਜ ਲਾ ਕੇ ਸਾਰਾ ਹੱਕ ਮਾਰ ਦਿੱਤਾ। ਪਰ ਮੈਂ ਤੈਨੂੰ ਦੱਸਣਾ ਚਾਹੁੰਦਾ ਕਿ ਤੂੰ ਗੁਰੂ ਨਾਨਕ ਸਾਹਿਬ ਨੂੰ ਛੱਡ ਕੇ, ਮੈਂ ਪ੍ਰਧਾਨ ਨੂੰ ਕਹਿਣ ਲੱਗਾ ਕਿ ਤੂੰ ਬਾਦਲ ਨੂੰ ਆਪਣਾ ਪਿਓ ਮੰਨ ਲਿਆ, ਤੈਨੂੰ ਸਿਰਫ ਤੇ ਸਿਰਫ ਬਾਦਲ ਦਿਸਦਾ, ਤੂੰ ਮੇਰੇ ਤੇ ਕੇਸ ਕਰਨ ਦੀਆਂ ਗੱਲਾਂ ਕਰਦਾ। ਇਸ ਟੈਂਡਰ ਦੇ ਉੱਤੇ ਟਕਸਾਲੀਆਂ ਨੇ ਵੀ ਮੁੱਦਾ ਚੁੱਕਿਆ ਸੀਗਾ, ਸਰਕਾਰ ਦੇ ਮੰਤਰੀ ਵੀ ਬੋਲੇ, ਭਾਈ ਰਣਜੀਤ ਸਿੰਘ ਵੀ ਬੋਲੇ। ਮੰਨੇ ਦਾ ਇੱਡਾ ਕੀ ਤੁਹਾਨੂੰ ਡਰ ਸਤਾਉਣ ਲੱਗ ਪਿਆ ਵੀ ਰਾਤ ਦਿਨ ਸੁੱਤੇ ਪਏ ਤੁਹਾਨੂੰ ਮੰਨਾ ਹੀ ਦਿਸਦਾ? ਜੇ ਹਿੰਮਤ ਹੈ ਤੇ ਮੇਰੇ ਉੱਤੇ ਕੇਸ ਕਰ, ਮੈਂ 100 ਕੇਸ ਭੁਗਤੂੰਗਾ ਇਸ ਗੁਰੂ ਘਰ ਲਈ ਤੇ ਪੰਜਾਬ ਲਈ। ਮੈਂ ਮਰਨਾ ਪਸੰਦ ਕਰੂੰਗਾ, ਝੁਕਣਾ ਪਸੰਦ ਨਹੀਂ ਕਰਦਾ। ਹਰ ਤਰੀਕ ਦੇ ਉੱਤੇ ਸੁਣ ਲਾ ਗੋਬਿੰਦ ਸਿੰਘ ਲੌਂਗੋਵਾਲ, ਜੇ ਤੇਰੀ ਤਸੱਲੀ ਨਾ ਕਰਾਤੀ ਮੈਂ ਹਰ ਤਰੀਕ ਤੇ ਜਿਹੜਾ ਮੇਰੇ ਤੇ ਕੇਸ ਕਰਨਾ ਕਰ, ਤੇ ਮੈਨੂੰ ਵੀ ਮੰਨਾ ਨਾ ਆਖੀ, ਤੇਰੀਆਂ ਗਿੱਦੜ ਭੱਜਿਆਂ ਤੋਂ ਡਰਦਾ ਨਹੀਂ ਮੈਂ। ਇੱਕ ਅੰਗਰੇਜ਼ਾਂ ਦੀ ਕਹਾਵਤ ਹੈ ਕਿ ਬਾਰਕਿੰਗ ਡੌਗ ਸੈਲਡਮ ਬਾਈਟ, ਕਿ ਜਿਹੜੇ ਭੌਂਕਦੇ ਉਹ ਕੱਟਦੇ ਨਹੀਂ। ਔਰ ਮੈਂ ਤੈਨੂੰ ਆਪਣੇ ਬਾਰੇ ਦੱਸ ਦਿਆਂ ਕਿ ਮੇਰਾ ਉਹ ਹਾਲ ਹੈ ਕਿ ਮਿੱਟੀ ਕਾ ਜਿਸਮ ਲੈ ਕੇ ਪਾਣੀ ਕੇ ਘਰ ਮੇ ਹੂੰ, ਮੰਜ਼ਿਲ ਹੈ ਮੌਤ ਮੇਰੀ ਮੈਂ ਹਰ ਪਲ ਸਫ਼ਰ ਮੇ ਹੂੰ, ਹੋਣਾ ਹੈ ਕਤਲ ਮੇਰਾ ਯੇ ਮਾਲੂਮ ਹੈ ਮੁਝੇ, ਲੇਕਿਨ ਖਬਰ ਨਹੀਂ ਮੈਂ ਕਿਸ ਕਿਸ ਕੀ ਨਜ਼ਰ ਮੇ ਹੂੰ। ਤੂੰ ਕੇਸ ਕਰਨ ਦੀਆਂ ਗੱਲਾਂ ਕਰਦਾ ਨਾ ਮੇਰੇ ਉੱਤੇ, ਜਦੋਂ ਮੈਂ ਵੱਲਾ ਹਸਪਤਾਲ ਦਾ ਘਪਲਾ ਕੱਢਿਆ ਸੀਗਾ ਉਦੋਂ ਮੇਰੇ ਤੇ ਕੇਸ ਕਿਉਂ ਨਹੀਂ ਕੀਤਾ? ਆਹ ਸਾਰਾ ਗੜੀ ਸਰਾਂ ਦਾ ਮੈਂ ਘਪਲਾ ਕੱਢਿਆ ਸੀਗਾ ਕਿ ਜਾਣਾ ਹੁੰਦਾ ਗੁਰੂ ਘਰ ਦਾ ਇਮਾਰਤ ਦੇ ਉੱਤੇ ਜਾਣਾ ਹੋਇਆ, ਉਦੋਂ ਮੇਰੇ ਤੇ ਕੇਸ ਕਿਉਂ ਨਹੀਂ ਕੀਤਾ? ਘਿਓ ਦੇ ਟੈਂਡਰ ਦੇ ਉੱਤੇ ਮੈਂ ਬੋਲਿਆ, ਪਰਸੋਂ ਚੋਰੀ ਫੜੀ ਗਈ ਘਿਓ ਦੀ,
ਉਹ ਮੇਰੇ ਤੇ ਕੇਸ ਕਿਉਂ ਨਹੀਂ ਕੀਤਾ? ਆ ਲੰਗਰ ਹਾਲ ਦੀ ਇਮਾਰਤ ਦੇ ਵਿੱਚ ਤੁਸੀਂ ਠੱਗੀ ਮਾਰੀ ਹੈ, ਉਹ ਮੇਰੇ ਤੇ ਕੇਸ ਕਿਉਂ ਨਹੀਂ ਕੀਤਾ? ਭਾਈ ਰਣਜੀਤ ਸਿੰਘ ਲਾਈਟਾਂ ਦੇ ਉੱਤੇ ਬੋਲੇ ਕਿ 2 ਕਰੋੜ ਦੀਆਂ ਲਾਈਟਾਂ ਤੁਸੀਂ 12 ਕਰੋੜ ਦੇ ਵਿੱਚ ਲਵਾਈਆਂ, ਉਹਦੇ ਬਾਰੇ ਮੈਂ ਲਾਈਟਾਂ ਦੇ ਪਰਸੋਂ ਬੋਲਿਆ ਸੀ, ਉਹ ਮੇਰੇ ਤੇ ਕੇਸ ਕਿਉਂ ਨਹੀਂ ਕੀਤਾ? ਮੈਂ ਬੇਅਦਬੀ ਬਾਰੇ ਇੰਨਾ ਬੋਲਦਾ ਰਿਹਾ, ਉਹ ਮੇਰੇ ਤੇ ਕੇਸ ਕਿਉਂ ਨਹੀਂ ਕੀਤਾ? ਉਹ ਵੀ ਕਰੋ ਮੇਰੇ ਨਾਲ ਕੇਸ ਤੇ ਆਓ, ਕੋਰਟ ਦੇ ਵਿੱਚ ਮੈਂ ਤੁਹਾਡਾ ਹਿਸਾਬ ਕਰਾਂ। ਤੂੰ ਮੈਨੂੰ ਕਹਿੰਦਾ ਕਿ ਮੈਂ ਫੋਕੀ ਸ਼ੋਰਤ ਨਹੀਂ ਕਰਦਾ, ਮੈਂ ਮੁੱਦੇ ਚੁੱਕ ਕੇ ਲੋਕਾਂ ਦੀ ਲੜ ਕੇ, ਲੋਕਾਂ ਦੇ ਹੱਕਾਂ ਦੀ ਲੜ ਕੇ ਆਪਣੀ ਸ਼ੋਹਰਤ ਕਮਾਉਣਾ, ਤੇਰੇ ਵਾਂਗੂ ਬਾਦਲਾਂ ਦੀ ਚਾਪਲੂਸੀ ਕਰਕੇ ਨਹੀਂ, ਗੁਰੂ ਘਰ ਦੀ ਥਾਂ ਬਾਦਲਾਂ ਨੂੰ ਵੇਚ ਕੇ ਨਹੀਂ, ਬਾਦਲਾਂ ਨੂੰ ਆਪਣਾ ਪਿਓ ਮੰਨ ਕੇ ਨਹੀਂ ਗੁਰੂ ਦੀ ਥਾਂ ਦੇ ਉੱਤੇ, ਤੇਰੇ ਵਾਂਗੂ ਗੁਰੂ ਘਰਾਂ ਨੂੰ ਲੁੱਟ ਕੇ ਬਾਦਲਾਂ ਨੂੰ ਫੜਾ ਕੇ ਨਹੀਂ, ਤੇਰੇ ਵਾਂਗੂ ਗੁਰੂ ਘਰ ਦਾ ਪੈਸਾ ਜਾੜ ਕੇ ਮੈਂ ਆਪਣੀ ਸ਼ੋਹਰਤ ਨਹੀਂ ਕਮਾਉਂਦਾ। ਜਾਂ ਤੈਨੂੰ ਲਾਲਚ ਕੀ ਆ ਕਿ 27 ਤਰੀਕ ਨੂੰ ਤੈਨੂੰ ਦੁਬਾਰਾ ਪ੍ਰਧਾਨ ਬਣਨ ਦਾ ਲਾਲਚ ਆ ਤੇ ਤੂੰ ਬਾਦਲ ਦੀਆਂ ਜੁੱਤੀਆਂ ਚੜਦਾ ਫਿਰਦਾ? ਆਪਣਾ ਨਾਮ ਵੇਖ, ਤੇਰੇ ਨਾਂ ਦੇ ਵਿੱਚ ਗੋਬਿੰਦ ਆਉਂਦਾ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਲਫ਼ਜ਼ ਆਉਂਦਾ ਤੇਰੇ ਨਾਂ ਦੇ ਵਿੱਚ, ਉਹਦੀ ਲਾਜ ਤੇ ਰੱਖ ਲਾ। ਉਹਨੇ ਕੌਮ ਲਈ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਸੀਗਾ ਤੇ ਤੂੰ ਬਾਦਲਾਂ ਲਈ ਸਾਰੀ ਕੌਮ ਵਾਰ ਕੇ ਰੱਖ ਦਿੱਤੀ ਆ। ਕੇਸ ਕਰਨ ਦੀਆਂ ਗੱਲਾਂ ਕਰਦਾ ਮੇਰੇ ਉੱਤੇ? ਤੂੰ ਬੇਅਦਬੀ ਕਰਨ ਵਾਲਿਆਂ ਤੇ ਕੇਸ ਕਰ। ਬਾਬਾ ਨਾਨਕ ਤੇ ਹੋਰ ਗੁਰੂਆਂ ਦੀਆਂ ਗਲਤ ਅੰਸਰ ਸੋਸ਼ਲ ਮੀਡੀਆ ਦੇ ਉੱਤੇ ਇੰਨੀ ਬੇਅਦਬੀ ਤੇ ਬਦਨਾਮੀ ਕਰਦੇ ਆ, ਉਹਨਾਂ ਤੇ ਕੇਸ ਕਰ। ਆ ਪਿੱਛੇ ਜੇ ਟਾਇਲਟ ਸੀਟ ਦੇ ਉੱਤੇ ਹਰਿਮੰਦਰ ਸਾਹਿਬ ਦੀ ਫੋਟੋ ਲਾਈ ਸੀ ਕਿਸੇ ਨੇ, ਤੇ ਆ ਸ਼ਹਿਰ ਦਾ ਵਕੀਲ ਹੈ ਹਰਸਿਮਰਨ, ਉਹਨੇ ਸ਼ਿਕਾਇਤ ਕੀਤੀ ਸੀ, ਤੁਹਾਡੇ ਕੋਲ ਉੱਤੇ ਕੇਸ ਨਹੀਂ ਹੋਇਆ। ਮੀਟ ਮਸਾਲੇ ਦੇ ਉੱਤੇ ਫੋਟੋ ਲਾਈ ਸੀ, ਤੁਹਾਡੇ ਕੋਲ ਉੱਤੇ ਕੇਸ ਨਹੀਂ ਹੋਇਆ। ਫਿਲਮਾਂ 'ਚ ਇੰਨੇ ਨੇ ਗਲਤ ਸੀਨ ਆਉਂਦੇ ਆ, ਉਹਨਾਂ ਤੇ ਤੁਹਾਡੇ ਕੋਲ ਕੇਸ ਨਹੀਂ ਕੀਤੇ ਜਾਂਦੇ, ਉੱਥੇ ਪੈਸੇ ਲੈ ਕੇ ਸਾਰੀ ਗੱਲਬਾਤ ਮੁਕਾ ਦਿੰਦੇ ਉਹਨਾਂ ਨਾਲ, ਤੇ ਮੇਰੇ ਤੇ ਕੇਸ ਕਰਨ ਦੀਆਂ ਗੱਲਾਂ ਕਰਦਾ। ਰਹੀ ਗੱਲ SGPC ਦੀ ਮਾਂ ਨਾਲ ਨਿਧੀ, ਸੁਣ ਹੁਣ ਕੰਨ ਖੋਲ ਕੇ, ਤੇ ਤੇਰਾ ਸੁਖਬੀਰ ਬਾਦਲ ਵੀ ਸੁਣੇ ਮੇਰੀ ਗੱਲ, ਕਿ SGPC ਦਾ ਪ੍ਰਧਾਨ ਤੇਰੇ ਸਿਰਸੇ ਤੇ ਜਾਣ ਕਰਕੇ ਤਨਖਾਹੀਆ ਕਰਾਰ ਹੋਵੇ, ਉਹਨੂੰ ਸੇਵਾ ਲੱਗੀ ਹੋਵੇ, ਸਜ਼ਾ ਲੱਗੀ ਹੋਵੇ, ਤੇ SGPC ਦੀ ਮਾਂ ਨਾਲ ਨਹੀਂ ਮੈਂ ਕਰਦਾ। SGPC ਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਉੱਤੇ ਦੋਸ਼ ਲੱਗੇ ਹੋਣ ਕਿ ਇਹਨੇ ਸ਼ਬਦ ਗਲਤ ਪੜਿਆ, ਤੇ SGPC ਦੀ ਮਾਂ ਨਾਲ ਨਹੀਂ ਮੈਂ ਕਰਦਾ। ਪਟਨਾ ਕਮੇਟੀ ਦਾ ਤੁਹਾਡਾ ਪ੍ਰਧਾਨ ਅਵਤਾਰ ਸਿੰਘ ਹਿੱਤ, ਉਹਨੇ ਨਿਤਿਸ਼ ਕੁਮਾਰ ਦੀ ਤੁਲਨਾ ਗੁਰੂਆਂ ਨਾਲ ਕੀਤੀ ਹੋਵੇ, ਉਹ ਤਨਖਾਹੀਆ ਕਰਾਰ ਹੋਵੇ। ਦਿੱਲੀ ਕਮੇਟੀ ਦਾ ਪ੍ਰਧਾਨ ਦਾੜੀ ਰੰਗਣ ਦੇ ਵਿੱਚ ਤਨਖਾਹੀਆ ਕਰਾਰ ਹੋਵੇ। SGPC ਦਾ ਇੱਕ ਮੈਂਬਰ ਅਸ਼ਲੀਲ ਫਿਲਮ ਦੇ ਵਿੱਚ ਸੰਨੀ ਲਿਓਨ ਨੂੰ ਵੀ ਮਾਤ ਪਾ ਗਿਆ ਸੀਗਾ, ਤੇ ਉਹ ਮਾਂ ਨਾਲ ਨਹੀਂ ਸੀ। SGPC ਦਾ ਇੱਕ ਮੈਂਬਰ SGPC ਦੀ ਮਾਰਚ ਮੀਟ ਵੇਚਦਾ ਫੜਿਆ ਗਿਆ, ਉਹ SGPC ਦੀ ਮਾਂ ਨਾਲ ਨਹੀਂ ਸੀ। ਤੁਹਾਡੀ ਪਾਰਟੀ ਦਾ ਬਲਵਿੰਦਰ ਸਿੰਘ ਭੁੰਦਰ ਤਨਖਾਹੀਆ ਕਰਾਰ ਹੋਵੇ, ਤੁਹਾਡੀ ਪਾਰਟੀ ਦਾ ਵਿਕਰਮ ਸਿੰਘ ਮਜੀਠੀਆ ਜਿਹੜਾ ਉਹ ਤਨਖਾਹੀਆ ਕਰਾਰ ਹੋਵੇ, ਇਹ ਮਾਂ ਨਾਲ ਨਹੀਂ ਸੀ। ਬਾਦਲ ਪਰਿਵਾਰ ਨੇ ਆਪਣੇ ਆਪ ਨੂੰ ਆਪੇ ਹੀ ਸਜ਼ਾ ਲਾਈ, ਜੋੜਿਆਂ ਦੀ ਸੇਵਾ ਕੀਤੀ ਤੇ ਮਾਫੀ ਮੰਗਣ ਆਏ ਤੇ ਗਲਤੀ ਆਪਣੀ ਦੱਸੀ ਨਹੀਂ, ਇਹ ਮਾਂ ਨਾਲ ਨਹੀਂ ਸੀ। ਉਹਨਾਂ ਨੂੰ ਗਲਤੀ ਪੁੱਛ, ਬਾਦਲਾਂ ਨੂੰ ਆਪਣੇ ਪਿਓ ਨੂੰ ਗਲਤੀ ਪੁੱਛ, ਤੇ ਉਹਨਾਂ ਦੀ ਗਲਤੀ ਪੁੱਛ ਕੇ ਉਹਨਾਂ ਤੇ ਮੁਕੱਦਮਾ ਦਰਜ ਕਰਾ। ਮੇਰੇ ਤੇ ਮੁਕੱਦਮਾ ਦਰਜ ਕਰਾਉਣ ਤੋਂ ਪਹਿਲਾਂ ਤੁਹਾਡਾ ਘਟੀਆ ਕਿਰਦਾਰ ਵੇਖ ਕੇ ਸ਼੍ਰੋਮਣੀ ਕਮੇਟੀ ਦਾ, ਤੁਸੀਂ ਪਾਕਿਸਤਾਨ ਗਏ ਨਗਰ ਕੀਰਤਨ ਲੈਣ ਵਾਸਤੇ, ਉਹਨਾਂ ਉੱਥੇ ਤੁਹਾਡੀ ਉਹ ਕੁੱਤੇ ਖਾਣੀ ਕੀਤੀ, ਰਹਿ ਰੱਬ ਦਾ ਨਾਂ, ਉਹਨਾਂ ਤੁਹਾਡਾ ਕਿਰਦਾਰ ਵੇਖ ਕੇ ਇੱਕ ਵਾਰੀ ਤੁਹਾਨੂੰ ਗੁਰੂ ਸਾਹਿਬ ਦਾ ਸਰੂਪ ਦੇਣ ਤੋਂ ਨਾਂਹ ਕਰ ਦਿੱਤੀ ਵੀ ਅਸੀਂ ਤੁਹਾਨੂੰ ਨਹੀਂ ਦੇਣਾ। ਇਹ ਸ਼੍ਰੋਮਣੀ ਕਮੇਟੀ ਦੀ ਮਾਂ ਨਾਲ ਨਹੀਂ ਸੀ। ਪਾਕਿਸਤਾਨ ਤੋਂ ਸ਼ਰਧਾਲੂ ਪ੍ਰਸ਼ਾਦ ਲੈ ਕੇ ਆਉਂਦੇ ਆ, ਉਹ ਪ੍ਰਸ਼ਾਦ ਭਾਰਤ ਦੇ ਵਿੱਚ ਕੁੱਤੇ ਸੁੰਘਦੇ ਆ, ਜਿਹਦੇ ਵਿੱਚ ਤੁਹਾਡੀ ਹਰਸਿਮਰਤ ਕੌਰ ਬਾਦਲ ਮੰਤਰੀ ਹੈ, ਉਸ ਸਰਕਾਰ ਦੇ ਅਫਸਰ ਉਹ ਕੁੱਤਿਆਂ ਕੋ ਸੰਘਾਉਂਦੇ ਪ੍ਰਸ਼ਾਦ ਨੂੰ, ਉਹ ਮਾਂ ਨਾਲ ਨਹੀਂ ਸੀ। ਗੁਰੂ ਨਾਨਕ ਸਾਹਿਬ ਦੀ ਦੇ ਵਿੱਚ ਤੁਹਾਡੇ ਉੱਤੇ ਸੋਨੇ ਦਾ ਛੱਬਾ ਜਿਹੜਾ ਗਾਇਬ ਕਰਨ ਦੇ ਇਲਜ਼ਾਮ ਲੱਗੇ, ਤੁਹਾਨੂੰ ਸਫਾਈ ਦੇਣੀ ਪਈ ਅਖਬਾਰਾਂ ਦੇ ਵਿੱਚ, ਉਹ ਮਾਂ ਨਾਲ ਨਹੀਂ ਸੀ। 1984 ਵੇਲੇ ਦਾ ਸਮਾਨ
ਜਿਹੜਾ ਫੌਜ ਵੱਲੋਂ ਵਾਪਸ ਕੀਤਾ ਗਿਆ ਉਹ ਵੇਚਣ ਦੇ ਦੋਸ਼ ਤੇਰੇ ਉੱਤੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਲੱਗੇ, ਉਹ ਮਾਣ ਨਹੀਂ ਸੀ। ਇਹ ਤੇ ਉਹ ਗੱਲ ਹੋ ਗਈ ਕਿ ਤੁਮ ਕਰੋ ਤੋ ਰਾਸ ਲੀਲਾ, ਹਮ ਕਰੇ ਤੋ ਕਰੈਕਟਰ ਡੀਲਾ। ਤੂੰ ਉਹ ਘਟੀਆ ਬੰਦਾ ਗੋਬਿੰਦ ਸਿੰਘ ਲੌਂਗੋਵਾਲ, ਜਿਹਦੇ ਕਰਕੇ ਸੁਖਦੇਵ ਸਿੰਘ ਢੀਂਡਸਾ ਵਰਗਾ ਕੱਦਾਵਾਰ ਨੇਤਾ ਜਿਹੜਾ ਪਾਰਟੀ ਛੱਡ ਗਿਆ ਬਾਦਲ ਦੇ ਚਿਮਚਿਆ, ਤੂੰ ਆਪਣੇ ਆਪ ਐਸ ਜੀ ਪੀ ਸੀ ਦੇ ਉੱਤੇ ਇੱਕ ਮਾਣਹਾਨੀ ਹੈ। ਤੈਨੂੰ ਐਸ ਜੀ ਪੀ ਸੀ ਦੀ ਮਾਣਹਾਨੀ ਦੀ ਫਿਕਰ ਨਹੀਂ ਗੀ, ਅਸਲ 'ਚ ਤੈਨੂੰ ਬਾਦਲਾਂ ਦੇ ਕਾਰੋਬਾਰ ਦੀ ਤੇ ਪੈਸਿਆਂ ਦਾ ਫਿਕਰ ਹੈ ਜੋ ਇੱਥੋਂ ਖਾਂਦੇ ਹੈ। ਜਿਸ ਖਿਲਾਫ਼ ਮੈਂ ਬੋਲਦਾ ਤੇ ਤੁਹਾਡੀਆਂ ਪੋਲਾਂ ਖੋਲਦਾ, ਅਸਲ ਦੇ ਵਿੱਚ ਮਾਣਹਾਨੀ ਤੁਹਾਡੀ ਉਹ ਹੁੰਦੀ ਹੈ ਜਿਸ ਦਿਨ ਇੰਨੀ ਸੰਗਤ ਸੁਣਦੀ ਹੈ, ਜਿਸ ਦਿਨ ਸੰਗਤ ਮੇਰੀ ਕੋਈ ਗਲਤੀ ਕੱਢ ਦੂਗੀ ਮੈਂ ਮਾਫ਼ੀ ਵੀ ਜ਼ਰੂਰ ਮੰਗੂਗਾ। ਤੇਰੇ ਵਰਗੇ ਬਾਦਲ ਦੇ ਦੱਲਿਆਂ ਕੋਲੋਂ ਨਹੀਂ ਮੈਂ ਡਰਦਾ, ਨਾ ਗੁਲਾਮੀ ਕਿਸੇ ਦੀ ਜਰੀ ਕਦੇ, ਨਾ ਇਸ਼ਾਰਿਆਂ ਦੇ ਉੱਤੇ ਨੱਚੇ ਹਾਂ। ਭਾਵੇਂ ਕਾਮਯਾਬ ਤੇ ਬਹੁਤੇ ਨਹੀਂ ਪਰ ਮਾਣ ਬੜਾ ਕਿ ਸੱਚੇ ਆ। ਅਖੀਰ 'ਚ ਜਿਹੜੇ ਟੈਂਡਰ ਦੀ ਤੂੰ ਗੱਲ ਕੀਤੀ ਆ, ਉਸ ਟੈਂਡਰ ਬਾਰੇ ਤਾਂ ਮੈਂ ਬੋਲਿਆ ਨਹੀਂ ਸੀ। ਮੈਂ ਇਹ ਕਿਹਾ ਸੀਗਾ ਕਿ ਨਗਰ ਕੀਰਤਨ ਦਾ 12 ਕਰੋੜ ਰੁਪਇਆ ਇਕੱਠਾ ਹੋਇਆ ਜਿਹੜਾ ਤੁਸੀਂ ਜਾੜ ਕੇ ਰੱਖ ਦਿੱਤਾ ਬਾਦਲ ਦੇ ਨਾਂ ਦੇ ਉੱਤੇ, ਤੁਸੀਂ ਸਰਕਾਰ ਦੇ ਨਾਲ ਸਟੇਜ ਸਾਂਝੀ ਕਰ ਸਕਦੇ ਸੀ, ਤੁਸੀਂ ਘੱਟ ਛੋਟੀ ਸਟੇਜ ਵੀ ਲਾ ਸਕਦੇ ਸੀ, ਤੁਸੀਂ ਉਸ ਘੱਟ ਰੇਟ ਦੇ ਉੱਤੇ ਕੰਮ ਕਰਾ ਸਕਦੇ ਸੀ, ਬਹੁਤ ਘੱਟ ਪੈਸਿਆਂ ਨਾਲ ਸਰ ਸਕਦਾ ਸੀਗਾ। ਪਰ ਜੇ ਤੂੰ ਮੇਰੇ ਉੱਤੇ ਮਾਣਹਾਨੀ ਦੀ ਗੱਲ ਕੀਤੀ ਆ ਨਾ ਸਟੈਂਡਰ ਦੀ, ਅੱਜ ਮੈਂ ਤੈਨੂੰ ਵੰਗਾਰ ਕੇ ਕਹਿੰਦਾ ਕਿ ਮੈਨੂੰ ਉਹ ਤੇਰੇ 'ਚ ਦਮ ਆ ਤੇ ਮੈਨੂੰ ਉਹ ਟੈਂਡਰ ਦੀ ਪੂਰੀ ਫਾਈਲ ਫੜਾ, ਮੈਂ ਤੈਨੂੰ ਦੱਸੂ ਸ਼ਰਤਾਂ ਕਿਵੇਂ ਰੱਖੀਆਂ ਜਾਂਦੀਆਂ ਤੇ ਆਪਣੇ ਬੰਦੇ ਨੂੰ ਟੈਂਡਰ ਕਿਵੇਂ ਦਿੱਤਾ ਜਾਂਦਾ ਤੇ ਠੱਗੀ ਕਿਵੇਂ ਵੱਜਦੀ ਆ। ਕਰ ਕਰ ਮੇਰੇ ਤੇ ਕੇਸ, ਆਪਦੇ ਪਿਓ ਬਾਦਲ ਨੂੰ ਵੀ ਕਹਿ ਦੇ ਤੇ ਉਹਦੇ ਮੁੰਡੇ ਨੂੰ ਵੀ ਕਹਿ ਦੇ ਕਿ ਕਰਕੇ ਵਿਖਾਓ ਮੇਰੇ ਤੇ ਕੇਸ, 100 ਕੇਸ ਭੁਗਤੂੰਗਾ, ਤੁਹਾਡੀ ਇਕੱਲੀ ਇਕੱਲੀ ਦੇ ਉੱਤੇ ਈਕ ਦੇ ਉੱਤੇ ਜਲੂਸ ਕੱਢੂੰਗਾ। ਤੇਰੀ ਜ਼ਬਾਨ ਜਿਹੜੀ ਝੂਠ ਤੂੰ ਇੰਨਾ ਬੋਲਦਾ ਬੰਦ ਕਰਨੀ ਮੈਨੂੰ ਆਉਂਦੀ ਹੈ ਕਿ ਮੇਰੀ ਜ਼ਮੀਰ ਮੇਰਾ ਐਤਬਾਰ ਬੋਲਤਾ ਹੈ, ਮੇਰੀ ਜ਼ੁਬਾਨ ਸੇ ਪਰਵਰਦਿਗਾਰ ਬੋਲਤਾ ਹੈ, ਪ੍ਰਧਾਨ ਤੇਰੀ ਜ਼ੁਬਾਨ ਕਤਰਨਾ ਬਹੁਤ ਜ਼ਰੂਰੀ ਹੈ, ਤੁਝੇ ਮਰਜ਼ ਹੈ ਕਿ ਤੂੰ ਝੂਠ ਬਾਰ ਬਾਰ ਬੋਲਤਾ।